ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜ ਖੋਜਦਿਆਂ ਸੋ ਪ੍ਰਭ ਲੱਦਾ ਲੋਭ। ਤਨ ਔਰ ਤਨ, ਤਨ ਕਿਹੜਾ? ਤਨ ਵਾਲਾ ਭਾਈ, ਵਾਲਾ ਤਨ ਹੈ ਜੋ ਮਨ ਖੋਜਿਆ, ਮਨ ਚ ਉਸ ਨੂੰ ਖੋਜਿਆ। ਜਾਤ ਹੈ ਜਿਹੜੀ, ਇਹਦੇ ਵਿੱਚ ਜੋਤ ਹੈ। ਜੋਤ ਕੌਣ ਹੈ? ਮਨ। ਮਨ ਮੈਂ ਉਹ ਆਪ ਹੈ। ਫਿਰ ਜੋਗੀ ਦੇਖਦੇ ਤੇ ਨਾ ਤ੍ਰਿਕੁਟੀ ਦੇ ਵਿੱਚ ਬੈਠ ਕੇ, ਵੀ ਤ੍ਰਿਕੁਟੀ ਕੋਈ ਹੋਰ ਹੈ, ਉਹ ਤ੍ਰਿਕੁਟੀ ਦਾ ਤੂੰ ਆਪ ਹੈ, ਉੱਥੇ ਕਿਹਨੂੰ ਲੱਭਦਾ? ਉਹ ਤ੍ਰਿਕੁਟੀ ਦਾ ਜੀਵ ਇਹ ਬੁੱਧੀ ਆਪ ਹੀ ਹੁੰਦੀ ਹੈ, ਮਨ ਬੁੱਧੀ ਹੁੰਦੇ ਨੇ ਤ੍ਰਿਕੁਟੀ ਚ। ਤ੍ਰਿਕੁਟੀ ਨੂੰ ਦਸਵਾਂ ਹੋਰ ਕਹੀ ਜਾਂਦੇ ਨੇ। ਜਦ ਸਮਝ ਜਾਂਦਾ ਤ੍ਰਿਕੁਟੀ ਛੁੱਟ ਜਾਂਦੀ ਹੈ, ਹਾਰਟ ਚੱਲਦਾ ਰਹਿੰਦਾ, ਉਹ ਹਾਰਟ ਦੇ ਨਾਲ ਸੰਬੰਧ ਹੈ ਉਹਦਾ, ਤ੍ਰਿਕੁਟੀ ਦਿਮਾਗ ਨਾਲ ਸੰਬੰਧ ਨਹੀਂ ਹੈ ਉਹਦਾ। ਹਾਂ, ਸਤਿਗੁਰ ਜਾਗਦਾ ਤੇ ਉਹ ਹਾਰਟ ਨਾਲ ਸੰਬੰਧ ਹੈ। ਜੇ ਜਦ ਜਾਗਦਾ ਨਾ ਹੋਵੇ, ਹਾਰਟ ਨਹੀਂ ਚੱਲ ਸਕਦਾ, ਸਾਹ ਨਹੀਂ ਆ ਸਕਦਾ। ਹਾਂਜੀ, ਮੈਂ ਮਨ ਤਨ ਖੋਜ ਖੋਜਦੇ ਆ ਸੋ ਪ੍ਰਭ ਲੱਦਾ ਲੋੜ। ਮਨ ਤਨ ਖੋਜਦੇ ਆ ਤਾਂ ਸਰੀਰ ਦੇ ਵਿੱਚੋਂ ਮਨ ਖੋਜੇ, ਮਨ ਚੋਂ ਉਹਨੂੰ ਖੋਜਿਆ। ਠੀਕ ਹੈ ਜੀ। ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਉਹ ਫਿਰ ਵਿਸ਼ਟ ਗੁਰੂ ਪਾਤਾ, ਫਿਰ ਉੱਥੋਂ ਅੰਦਰੋਂ ਫਿਰ ਉਹ ਸ਼ਬਦ ਗੁਰੂ ਪ੍ਰਗਟ ਹੋਇਆ, ਉੱਥੋਂ ਹੋਇਆ ਜਿੱਥੇ ਮਨ ਸੁਣ ਹੋ ਕੇ ਸਮਾਧੀ ਡਿੱਗ ਗਿਆ। ਸਮਾਧੀ ਡਿੱਗ ਗਿਆ ਨੂੰ ਕਹਿੰਦੇ ਨੇ ਅਸਲ ਵਿੱਚ। ਜਦ ਮਨ ਡਿੱਗ ਪੈ ਗਿਆ ਉਹ ਸਮਾਧੀ ਕਹਿੰਦੇ ਨੇ, ਜਿਵੇਂ ਇੱਟਾਂ ਦੀ ਬਣਾ ਦਿੰਦੇ ਨੇ ਨਾ, ਉਹ ਵੇਲਦੀ ਥੋੜੀ ਹੈ। ਉਹ ਇੱਕ ਪ੍ਰਤੀਕ ਹੈ, ਇੱਟਾਂ ਦੀ ਸਮਾਧੀ ਬਣਾਉਣਾ ਪ੍ਰਤੀਕ ਹੈ, ਵੀ ਜਿਵੇਂ ਆ ਖੜੀ ਹੈ ਮਨ ਸਿਰ ਹੋ ਜਾਂਦਾ, ਡਿੱਗ ਜਾਂਦਾ। ਸਮਝਾਉਣ ਦੀ ਕੋਸ਼ਿਸ਼ ਕੀਤੀ, ਇੱਟਾਂ ਜੋ ਉਹਨੂੰ ਵੀ ਪਤਾ ਕੁਛ ਨਹੀਂ ਹੁੰਦਾ, ਸਾਰਿਆਂ ਨੂੰ ਪਤਾ। ਗੱਲ ਸਮਝਾਉਣ ਦੀ ਕੀਤੀ ਸੀ, ਉਹਨੂੰ ਆਪਾਂ ਦੂਏ ਪਾਸੇ ਨੂੰ ਲੈ ਜਾਈਏ, ਉਹ ਕਾਮਾ ਕਲੀ ਦੀ ਗੱਲ ਹੈ। ਬਿਸ਼ਟ ਤੋਂ ਕੀ ਭਾਵ ਬਣਦਾ ਜੀ? ਬਿਸ਼ਟ ਗੁਰੂ ਮੈਂ ਪਾਇਆ, ਵਿਸ਼ੇਸ਼। ਅੱਛਾ, ਵਿਸ਼ੇਸ਼ ਗੁਰੂ ਮੈਂ ਪਾਇਆ। ਫਿਰ ਇਸ ਤਰ੍ਹਾਂ ਕਿਉਂ ਲਿਖਿਆ, ਜਿਨੀ ਹਰ ਪ੍ਰਭ ਦਿੱਤਾ ਜੋੜ? ਜਿਹਨੇ ਹਰ ਪ੍ਰਭ ਨਾਲ ਜੋੜਤਾ, ਉਹ ਗਿਆਨ ਪਾਇਆ। ਠੀਕ ਹੈ, ਹਰ ਪ੍ਰਭ ਪਰਮੇਸ਼ਰ ਹੈ ਇੱਥੇ ਫਿਰ ਜੀ। ਉਹ ਗਿਆਨ ਪਾ। ਦੇਖੋ, ਗੁਰੂ ਦਾ ਅਰਥ ਗਿਆਨ ਕਿੱਥੇ ਲੱਗਣਾ? ਠੀਕ ਹੈ ਜੀ। ਇਹ ਇੱਕ ਇੱਥੇ ਵਿਆਕਰਨ ਨਹੀਂ ਲੱਗਦੀ, ਵਿਆਕਰਨ ਲੱਗਦੀ। ਕਿੱਥੇ ਗੁਰੂ ਦਾ ਅਰਥ ਗਿਆਨ ਲੱਗਣਾ, ਕਿੱਥੇ ਗੁਰੂ ਦਾ ਅਰਥ ਸ਼ਬਦ ਗੁਰੂ ਲੱਗਣਾ? ਇਹ ਵਿਸ਼ਾ ਹੈਗਾ, ਇੱਕ ਸਭ ਧਾਰਾ ਦਾ ਪਤਾ ਹੋਣਾ ਚਾਹੀਦਾ, ਵਿਚਾਰ ਧਾਰਾ। ਧਾਰਾ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਠੀਕ ਹੈ। ਹਾਂ, ਜਿੰਨਾ ਚਿਰ ਧਾਰਾ ਦਾ ਪਤਾ ਨਹੀਂ ਹੈਗਾ, ਉਦੋਂ ਉਹ ਝਗੜਾ ਕਿਉਂ ਵੀ? ਇੱਥੇ ਗੁਰੂ ਦਾ ਅਰਥ ਗਿਆਨ ਕਿਉਂ ਕੀਤਾ, ਇੱਥੇ ਅਰਥ ਕਿਉਂ ਕੀਤਾ, ਉਹ ਕਿਉਂ ਦਾ ਜਵਾਬ ਨਹੀਂ ਹੈਗਾ? ਫਿਰ ਇਹ ਖੋਜ ਦਾ ਵਿਸ਼ਾ। ਠੀਕ ਹੈ। ਇਹ ਬੁੱਝਣ ਦਾ ਵਿਸ਼ਾ ਇਹ, ਵੀ ਇੱਥੇ ਆਈ ਆਊ ਭਾਈ, ਇੱਥੇ ਆਊ, ਨਹੀਂ ਤਾਂ ਅਸੀਂ ਧਾਰਾ ਤੋਂ ਉਲਟ ਚਲੇ ਜਾਵਾਂਗੇ। ਪਰ ਇੱਥੇ ਆਪਾਂ ਗੱਡੀ ਲੈਣ ਤੋਂ ਲੈ ਜੂਗੀ ਸਾਡੀ। ਇੱਥੇ ਬਿਸ਼ਟ ਗੁਰੂ ਨੂੰ ਆਪਾਂ ਪਰਮੇਸ਼ਰ ਨਹੀਂ ਕਹਾਂਗੇ ਵੈਸੇ? ਬਿਸ਼ਟ ਗੁਰੂ ਮੈਂ ਪਾਇਆ। ਨਾ ਨਾ, ਵਿਸ਼ੇਸ਼। ਅੱਛਾ ਜੀ। ਓਹੋ, ਇਹਦਾ ਮਤਲਬ ਗੁਰੂ ਬਹੁਤ ਹੈ ਨਾ। ਅੱਛਾ ਜੀ। ਉਹਨਾਂ ਦੇ ਇੱਕ ਵਿਸ਼ੇਸ਼ ਗੁਰੂ ਹੈ ਗਿਆਨ, ਉਹ ਗਿਆਨ ਗੁਰੂ ਆਤਮਾ ਉਪਦੇਸ਼ੋ। ਠੀਕ ਹੈ ਜੀ। ਆਤਮਾ ਉਪਦੇਸ਼ ਹੈ ਗੁਰਬਾਣੀ, ਇਹਦੇ ਜੀ ਜਿਹੜਾ ਗਿਆਨ ਹੈ, ਇਹ ਵਿਸ਼ੇਸ਼ ਗਿਆਨ ਪਾਇਆ। ਇਹ ਵੀ ਨਹੀਂ ਸਮਝ ਆਉਂਦੀ, ਪੜ੍ਹਦੇ ਆ ਬਾਣੀ, ਅਰਥ ਕਰਦੇ ਆ, ਠੀਕ ਹੈ ਕੀਤੇ ਨੇ, ਉਹ ਪਾਇਆ ਨਹੀਂ, ਉਹਦੇ ਵਿੱਚੋਂ ਸਮਝ ਨਹੀਂ ਆਈ ਹੈ, ਪਾਉਣ ਨਾਲ ਸਮਝ ਆ ਗਈ। ਦੇਖਣਾ ਭਗਤ ਬਾਣੀ ਪਈ ਹੈ, ਲੋਕ ਪੜ੍ਹਦੇ ਨੇ। ਠੀਕ ਹੈ ਜੀ। ਪਰ ਨਾਨਕ ਨੂੰ ਸਮਝ ਆ ਗਈ, ਲੋਕਾਂ ਨੂੰ ਨਹੀਂ ਸਮਝ ਆਈ। ਹਾਂਜੀ। ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਹੀ ਬਹੁ ਰੋਲ ਕਚੋਲਾ। ਕੋਈ ਮਾਇਆ ਧਾਰੀ, ਹੁਣ ਇਹਦਾ ਅਰਥ ਕਰ ਦਿੰਦੇ, ਜਿਹਦੇ ਕੋਲ ਬਹੁਤਾ ਪੈਸਾ। ਮਾਇਆ ਧਾਰੀ ਹੋਣੀ ਹੈ ਜਿਹੜਾ ਸਰੀਰ ਨਾ ਸਾਡਾ ਮਾਇਆ ਦਾ, ਪੰਜ ਤੱਤਾਂ ਦਾ ਹੈ, ਜਿਹਨੇ ਇਹ ਚੋਲਾ ਪਾ ਕੇ ਆਪਣੇ ਆਪ ਨੂੰ ਮੈਂ ਕਹਿੰਦਾ, ਉਹ ਮਾਇਆ ਧਾਰੀ ਹੈ। ਮਾਇਆ ਉਹਦੇ ਉੱਤੇ ਹੈ। ਜੇ ਆਪਾਂ ਸ਼ਬਦ ਤੋੜੀਏ ਤਾਂ ਮਾਇਆ ਆਧਾਰੀ ਬਣ ਜਾਂਦਾ ਹੈ, ਜਿਹੜਾ ਮਾਇਆ ਦੇ ਉੱਤੇ ਆਸਰੇ ਖੜਾ ਹੈ, ਮਾਇਆ ਨਾਲ ਜੁੜਿਆ ਹੋਇਆ। ਠੀਕ ਹੈ। ਠੀਕ ਹੈ ਜੀ। ਮਾਇਆ ਆਧਾਰੀ ਅਤ ਅੰਨਾ ਬੋਲਾ, ਸ਼ਬਦ ਅੰਨਾ ਬੋਲਾ ਹੀ ਹੈ ਫਿਰ। ਹਾਂਜੀ, ਠੀਕ ਹੈ ਜੀ। ਹੁਣ ਅੱਜ ਅਰਥ ਕਰਦੇ ਹਾਂ ਆਪਾਂ, ਵਿਦਵਾਨਾਂ ਨੇ ਕੀਤੇ ਨੇ ਟੀਕਿਆਂ ਦੇ ਵਿੱਚ, ਜਿਹਨਾਂ ਖਾਤਰ ਹੋਰ ਵੀ ਵਿੱਚ ਵਿਦਵਾਨ ਜਿੱਤ ਫੜੀ ਫਿਰਦੇ ਨੇ ਡਿਕਸ਼ਨਰੀ ਦੇ ਹਿਸਾਬ ਨਾਲ, ਉਹ ਨਾ ਬੋਲੇ ਵਾਲੀ ਉਹ ਗੱਲ ਹੈ ਫਿਰ। ਕਿਹਾ ਸੀਗਾ ਸ਼ਬਦ ਨਾ ਸੁਣੀ, ਉਹ ਨਹੀਂ ਸੁਣ ਸਕਦਾ ਸ਼ਬਦ ਅੰਦਰ।
ਅੰਤਰਾਤਮਾ ਦੀ ਆਵਾਜ਼ ਨਹੀਂ ਸੁਣ ਸਕਦਾ। ਉਹ ਕਿਵੇਂ ਸੁਣੂਗਾ? ਉਹ ਤਾਂ ਬਾਹਰਲੇ, ਉਹ ਤਾਂ ਬਾਹਰ ਪੱਟੀ ਬੈਠਾ ਆਕਾਸ਼ਵਾਣੀ, ਉਹਨਾਂ ਦੀ ਆਕਾਸ਼ਵਾਣੀ ਬਾਹਰ ਹੈ, ਸਾਡੇ ਆਕਾਸ਼ਵਾਣੀ ਗੁਰਮੁਖਾਂ ਦੀ ਅੰਦਰ ਹੈ। ਬਿਨਾਂ ਕੰਨਾਂ ਤੇ ਸੁਣਨ ਵਾਲੀ ਹੈ ਸਾਡੀ, ਉਹਨਾਂ ਦੀ ਕੰਨਾਂ ਨਾਲ ਸੁਣਨ ਵਾਲੀ ਹੈ। ਸਰੀਰ ਚੋਂ ਸੁਣਦੇ ਨੇ, ਤਿਰਕੁਟੀ ਚੋਂ ਸੁਣਦੇ, ਉਹ ਤਿਰਕੁਟੀ ਨੂੰ ਬੁਲਾ ਕੇ ਦਸਮ ਦਵਾਰ ਅਸੀਂ ਹਿਰਦੇ ਨੂੰ ਬੁਲਾਂਗੇ। ਮਾਇਆ ਧਾਰੀ ਤਿਰਕੁਟੀ ਨੂੰ ਦਸਮ ਦਵਾਰ ਮੰਨਦੇ ਨੇ। ਤਿਰਕੁਟੀ ਸਾਨੂੰ ਮਾਇਆ ਨਾਲ ਜੋੜਦੀ ਹੈ। ਜਿਹੜਾ ਹਿਰਦਾ ਉੱਥੇ ਉਹ ਆਪ ਬੈਠੇ, ਉਹ ਫਿਰ ਤ੍ਰਿਕੁਟੀ ਤੋਂ ਸੁਣਨਾ ਚਾਹੁੰਦੇ, ਉੱਥੇ ਬਹੁਤ ਰੋਲਾ ਤੇ ਘਚੋਲਾ ਹੈ ਜੀ। ਉੱਥੇ ਤਾਂ ਰੋਲ ਘਚੋਲਾ ਹੈ, ਰੋਲ ਘਚੋਲੇ ਦੀ ਗੱਲ ਪੈ ਗਈ। ਗੁਰਬਾਣੀ ਦੀ ਗੱਲ ਰੋਲ ਘਚੋਲੇ ਚਾਹ ਪੈ ਗਈ। ਬਾਪ ਬਾਹਰ ਹੈ, ਮਾਂ ਬਾਹਰ ਬਣਾ ਲਈ, ਧੀਆਂ ਪੁੱਤ ਬਾਹਰ ਬਣਾ ਲਏ, ਸਭ ਕੁਛ ਮਾਇਆ ਦੇ ਅੰਮ੍ਰਿਤ ਬਾਹਰ ਬਣਾ ਲਏ, 36 ਅੰਮ੍ਰਿਤ ਬਣਾ ਲਏ, ਠੀਕ ਹੈ ਜੀ, ਸਭ ਕੁਝ ਬਾਹਰ ਬਣਾ ਲਿਆ, ਡੁਪਲੀਕੇਟ ਗੁਰੂ ਬਾਹਰ ਬਣਾ ਲਿਆ, ਭਗਤੀ ਅਨੇਕ ਪ੍ਰਕਾਰ ਦੀ ਬਣਾ ਲਈ, ਰੋਲ ਝੋਲ ਪੈ ਗਿਆ। ਆਪਣੀ ਆਪਣੀ ਮਤ, ਆਪਣੀ ਆਪਣੀ ਬੁੱਧ ਬਣ ਗਈ। ਰੋਲ ਵਿਚਾਰਾ ਜਗਿਆਸੂ ਕੀ ਕਰੇ, ਸੁਣਨ ਵਾਲਾ ਕੀ ਕਰੇ? ਰੋਲ ਝੋਲ ਇਹਨਾਂ ਦਾ ਪਾਇਆ ਹੋਇਆ ਮਾਇਆ ਧਾਰੀਆਂ ਦਾ, ਮਾਇਆ ਧਾਰੀਆਂ ਦੇ ਮੱਤਾਂ ਸਾਖਤਾਂ ਦੀਆਂ ਮੱਤਾਂ। ਗੁਰਮੁਖੀ ਜਪ ਹੈ ਸ਼ਬਦ ਲਿਵ ਲਾਏ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਦਿਖ ਜਾਂਦਾ, ਉਹ ਪੁੱਛ ਲੈਂਦੇ ਨੇ। ਜਪਣਾ ਪੁੱਛਣਾ ਹੀ ਹੁੰਦਾ, ਸਮਝ ਲੈਣਾ, ਪੁੱਛ ਲੈਣਾ, ਉਹਨਾਂ ਦੀ ਸ਼ਬਦ ਨਾਲ ਲਿਵ ਲੱਗਦੀ ਹੈ। ਫਿਰ ਉਹ ਗੁਰਬਾਣੀ ਨਾਲ ਹੋਰ ਤਰੀਕੇ ਨਾਲ ਜੁੜਦੇ ਨੇ, ਉਹ ਗਹਿਰਾਈ ਚ ਉਤਰ ਜਾਂਦੇ ਨੇ ਗੁਰਬਾਣੀ ਚ। ਜਿਹੜਾ ਗੁਰਬਾਣੀ ਦੇ ਸ਼ਬਦ ਨਾਲ ਗਹਿਰਾਈ ਚ ਉਤਰ ਗਿਆ, ਉਹ ਜਾ ਕੇ ਉਹ ਸਮਝ ਕੇ ਤਾਂ ਆਪਣੇ ਅੰਦਰ ਉਹਦਾ ਸ਼ਬਦ ਪ੍ਰਗਟ ਹੁੰਦਾ। ਹਾਂਜੀ, ਗੁਰਮੁਖੀ ਜਾਪੈ ਸ਼ਬਦੀ ਲਿਵ ਲਾਏ ਹਰ ਨਾਮ। ਪਹਿਲਾਂ ਗੁਰਮੁਖ ਨੂੰ, ਪਹਿਲਾਂ ਗੁਰਮੁਖ ਨੂੰ ਸਮਝ ਆਈ ਹੈ ਗੁਰਬਾਣੀ ਚੋਂ, ਠੀਕ ਹੈ, ਤਾਂ ਕਿਤੇ ਸ਼ਬਦ ਨਾਲ ਲਿਵ ਲੱਗੀ ਹੈ ਉਹਦੀ। ਹਾਂਜੀ, ਨਾਮ ਸੁਣੀ ਮੰਨੇ ਹਰ ਨਾਮ ਸਮਾਏ, ਹਰ ਨਾਮ ਸੁਣੀ ਮੰਨੇ। ਪਹਿਲਾਂ ਤਾਂ ਗੁਰਬਾਣੀ ਚ ਹਰ ਨਾਮ ਚ ਸਮਾਇਆ ਹੋਇਆ, ਇਹਨੂੰ ਬੁੱਲੇ, ਗੁਰਬਾਣੀ ਨੂੰ ਬੁੱਲੇ, ਤਾਂ ਜੇ ਕੇ ਉਹ ਗਾਹਾਂ ਜਾ ਕੇ ਸਮਾਵੇ। ਜੋ ਤਿਸ ਭਾਵ ਹੈ ਸੋ ਕਰੇ ਕਰਾਇਆ, ਨਾਨਕ ਵੱਜਦਾ ਜੰਤ ਵਜਾਵਾ। ਗੁਰਮੁਖ ਦੀ ਗੱਲ ਚੱਲ ਰਹੀ ਹੈ, ਸੈਕੰਡ ਪਰਸਨ ਬੋਲ ਹੈ, ਉਹ ਹੈ, ਠੀਕ ਹੈ। ਇਸ ਥਰਡ ਪਰਸਨ ਹੋ ਗਿਆ, ਦੂਰ ਹੋ ਗਿਆ ਪਰਮੇਸ਼ਰ ਨੂੰ, ਜੋ ਚਾਹੁੰਦਾ ਉਹਦਾ ਕਰਾਇਆ ਇਹ ਗੁਰਮੁਖ ਕਰਦਾ, ਠੀਕ ਹੈ। ਨਾਨਕ ਵੱਜਦਾ ਜੰਤ ਵਜਾਵਾ, ਨਾਨਕ ਕਹਿੰਦਾ ਜਿਹੜਾ ਸਰੀਰ ਹੈ ਇਹ ਤਾਂ ਵਜਾਇਆ ਵੱਜਦਾ। ਅੱਛਾ ਜੀ, ਉਹ ਸਰੀਰ ਵੱਜਦਾ, ਤੁਸੀਂ ਸਰੀਰ ਦੀ ਮੂਰਤੀ ਰੱਖ ਲਈ। ਉਹ ਸਰੀਰ ਤਾਂ ਆਪ ਨਹੀਂ ਬੋਲਦਾ, ਇਹ ਤਾਂ ਜਾਣਦਾ, ਇਹ ਤਾਂ ਵਜਾਇਆ ਵੱਜਦਾ, ਤੁਸੀਂ ਵਜਾਈ ਵੱਜਦੀ ਨਹੀਂ ਵੱਜਿਆ ਨਾਲ, ਤੂੰ ਤੇਰਾ ਵੀ ਇਹੀ ਹਾਲ ਹੈ, ਸਰੀਰ ਦਾ ਵੀ ਇਹੀ ਹਾਲ ਹੈ। ਸਰੀਰ ਆਪ ਨਹੀਂ ਬੋਲਦਾ, ਅੱਖਾਂ ਨਹੀਂ ਦੇਖਦੀਆਂ ਦੇਖਣ ਵਾਲਾ ਕੋਈ ਹੋਰ ਹੈ, ਕੰਨ ਨਹੀਂ ਸੁਣਦੇ ਸੁਣਨ ਵਾਲਾ ਕੋਈ ਹੋਰ ਹੈ, ਜੀਵਨੀ ਖੱਟਾ ਮੱਠਾ ਦੱਸਦੀ ਉਹ ਪਰਖ ਕੋਈ ਹੋਰ ਕਰਦਾ। ਹਾਂਜੀ, ਪੌੜੀ ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆਂ ਅੰਦਰ ਵਰਤੈ, ਤੂੰ ਕਰਤਾ ਆਪ ਗਣਤ ਹੈ, ਸਭ ਜਗ ਵਿੱਚ ਗਣਤ ਹੈ। ਤੂੰ ਕਰਤਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਤੂੰ ਤਾਂ ਸਾਰਾ ਕੁਝ ਜਾਣਦਾ ਹੀ ਹੈ, ਤਾਂ ਸਾਡੇ ਅੰਦਰ ਜਿਹੜਾ ਕੋਈ ਵਰਤਦਾ ਤੈਨੂੰ ਕੀ ਭੁੱਲਿਆ ਹੋਇਆ? ਉਹ ਵੇਖੇ ਨਜ਼ਰ ਨਾ ਆਵੇ, ਉਹਨਾਂ ਨਜ਼ਰ ਨਾ ਆਵੇ, ਚਲੋ ਸਾਰਾ ਨਹੀਂ ਨੀਂਦ, ਉਹ ਤਾਂ ਦੇਖਦਾ, ਸਾਡੇ ਕੋਲ ਅੱਖ ਨਹੀਂ ਹੈ, ਉਹ ਅੱਖ ਨੂੰ ਰੋਗ ਲੱਗਿਆ ਸਾਡੇ, ਅੱਖੀ ਸੂਤਕ ਵੇਖਣ, ਕੰਨੀ ਸੂਤਕ ਲੱਗਿਆ ਹੈ, ਅੱਖੀ ਸੂਤਕ, ਜੋ ਜੀ ਅੰਦਰ ਵਰਤ, ਜੋ ਅਸੀਂ ਸੋਚਦੇ ਹਾਂ ਅੰਦਰਲਾ ਵੀ ਜਾਣਦਾ, ਅੰਦਰਲੇ ਥਰੂ ਗਾਹਾਂ ਵੀ ਜਾਣਦਾ। ਤੂੰ ਕਰਤਾ ਆਪ ਗਣਤ ਹੈ, ਸਭ ਜਗ ਵਿੱਚ ਗਣਤ ਹੈ। ਜਿਹੜਾ ਕਰਤਾ ਉਹ ਤਾਂ ਗਿਣਤੀ ਤੋਂ ਭਰੇ ਹੈ, ਸੰਸਾਰੀ ਜੀਵਨ ਦੇ ਵਿੱਚ ਕਰਤੇ ਦੀ ਗਿਣਤੀ ਨਹੀਂ ਹੁੰਦੀ। ਸੱਚਖੰਡ ਚ ਕਿੰਨੇ ਆਤਮਾਵਾਂ ਨੇ, ਉਹਨਾਂ ਦੀ ਗਿਣਤੀ ਸੰਸਾਰ ਚ ਨਹੀਂ ਹੈ, ਸੰਸਾਰੀ ਜੀਵਾਂ ਦੀ ਸੰਸਾਰ ਚ ਗਿਣਤੀ ਹੁੰਦੀ ਹੈ, ਉਹ ਅਗਣਤ ਹੈ, ਗਿਣਤੀ ਤੋਂ ਪਰੇ ਹੈ, ਜੀਵਾਂ ਚ ਨਹੀਂ ਗਿਣਿਆ ਜਾਂਦਾ ਕਰਤਾ, ਅਗਣਤ ਹੈ। ਅੱਛਾ, ਤੂੰ ਕਰਤਾ ਆਪ ਗਣਤ ਹੈ, ਭਾਵ ਕੀ ਬਣਿਆ ਜੀ? ਜਿਹੜਾ ਕਰਤਾ ਹੈ ਉਹ ਗਿਣਤੀ ਚ ਨਹੀਂ ਹੁੰਦਾ। ਅੱਛਾ ਜੀ, ਕਰਤਾ ਇੱਕ ਹੈ, ਕਰਤਾ ਇੱਕ ਹੈ, ਬਹੁਤੇ ਨਹੀਂ ਹੈਗੇ। ਅੱਛਾ ਜੀ, ਗਿਣਤੀ ਹੁੰਦੀ ਹੈ 1, 2, 3, 4, 5, 6, 7, 8 ਤੇ ਗਿਣਤੀ ਹੋ ਗਈ। ਅੱਛਾ ਜੀ, ਚਾਹੇ ਇੱਕ ਤੋਂ ਗਾਹ ਜਾਣਾ ਹੀ ਨਹੀਂ ਆਪਾਂ, ਗਿਣਤੀ ਕਿੱਥੇ ਉੱਥੇ, ਠੀਕ ਹੈ ਜੀ।
ਗਿਣਤੀ ਦਾ ਜਾਂ ਦੋ ਦੂਆ ਨਾਲ ਲੱਗੂ ਇੱਕ ਤੋਂ ਤਾਂ ਗਿਣਤੀ ਸ਼ੁਰੂ ਹੁੰਦੀ ਹੈ। ਅੱਛਾ ਜੀ, ਇੱਥੇ ਇਸ ਕਰਕੇ ਸੱਚਖੰਡ ਦੇ ਵਿੱਚ ਇੱਕੋ ਹੀ ਮੰਨ ਹੈ ਕਿ ਗਿਣਤੀ ਨਹੀਂ ਹੈ ਉੱਥੇ। ਹਾਂ, ਜਗ ਨਹੀਂ ਗਿਣਤੀ ਹੁੰਦੀ ਹੈ ਕਿ ਇੱਥੇ ਜੀ ਜਾਤ ਰੰਗਾਂ ਕੇ ਨਾਮ ਜਾਤਾਂ ਵੱਖਰੀਆਂ ਵੱਖਰੀਆਂ, ਰੰਗ ਵੱਖਰੇ ਵੱਖਰੇ, ਉੱਥੇ ਰੰਗ ਰੂਪ ਜਾਤ ਇੱਕ ਹੈ। ਠੀਕ ਹੈ ਜੀ, ਇੱਥੇ ਵੱਖਰੀਆਂ ਵੱਖਰੀਆਂ ਨੇ, ਗਿਣਤੀ ਇੱਥੇ ਹੈ ਉੱਥੇ ਨਹੀਂ ਹੈ। ਸਭ ਤੇਰਾ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ। ਤੇਰਾ ਕੀਤਾ ਸੰਸਾਰ ਚ ਵਰਤਦਾ ਹੈ, ਇਹ ਭਰਾਵ ਸਭ ਤੇਰਾ ਕੀਤਾ ਸੰਸਾਰ ਚ ਵਰਤਦਾ, ਤਾਂ ਉਹ ਸੰਸਾਰ ਬਣਾਇਆ, ਸੰਸਾਰ ਤੇਰੀ ਬਣਤ ਹੈ, ਤਾਂ ਬਣਤ ਬਣਾਈ ਹੈ ਸੰਸਾਰ ਦੀ, ਜੋ ਤੈਂ ਕੀਤਾ ਉਹੀ ਵਰਤ ਰਿਹਾ, ਜੋ ਤੂੰ ਚਾਹੁੰਦਾ ਉਹੀ ਵਰਤ ਰਿਹਾ ਹੈ ਸੰਸਾਰ ਵਿੱਚ। ਸੋ ਘੱਟ ਘੱਟ ਇੱਕ ਵਰਤਦਾ ਸੱਚ ਸਾਹਿਬ ਚਲਦਾ, ਜਿਹੜਾ ਘੱਟ ਵਿੱਚ ਵਰਤਦਾ ਉਹ ਵੀ ਸੱਚਾ ਹੋ ਕੇ ਵਰਤਦਾ ਘੱਟਾਂ ਚ, ਉਹ ਵੀ ਇੱਕੋ ਹੀ ਹੈ ਰੂਪ ਸਾਰਿਆਂ ਦੇ ਵਿੱਚ, ਸੱਚੇ ਦਾ ਰੂਪ ਇੱਕ ਹੈ, ਸੱਚ ਦਾ ਰੂਪ ਇੱਕ ਹੈ, ਕੂੜਿਆਰਿਆਂ ਦੇ ਰੂਪ ਵੱਖਰੇ ਵੱਖਰੇ ਨੇ, ਮਨ ਵੱਖਰੇ ਵੱਖਰੇ ਨੇ, ਵੱਖਰੇ ਵਾ ਮਨ ਪਾਉਂਦਾ ਚਿੱਤ ਨਹੀਂ ਪਾਉਂਦਾ। ਹਾਂ, ਵੱਖਰੇ ਵਾ ਮਨ ਕਰਕੇ ਚਿੱਤ ਕਰਕੇ ਨਹੀਂ ਹੈ। ਠੀਕ ਹੈ, ਤਾਂ ਜੀ ਤੂੰ ਘੱਟ ਘੱਟ ਇੱਕ ਵਰਤਦਾ ਸੱਚ ਸਾਹਿਬ ਚਲਦਾ, ਇਹ ਤੇਰਾ ਖੇਲ ਹੈ ਜੀ। ਹਾਂ, ਇਹ ਤਾਂ ਤੇਰਾ ਖੇਲ ਹੈ, ਚੱਲੇ ਠੀਕ ਹੈ, ਸੱਚ ਸਾਹਿਬ ਦਾ ਚਲਦਾ ਹੈ, ਕੀਤਾ ਹੋਇਆ ਸਾਰ। ਹਾਂਜੀ, ਸਤ ਗੁਰ ਨੂੰ ਮਿਲੇ ਸੋ ਹਰ ਮਿਲੇ, ਨਾਹੀ ਕਿਸੇ ਪਰ। ਦੇਖੋ, ਜਿਹੜੇ ਹਰ ਨੂੰ ਮਿਲਣਾ, ਸਤਿਗੁਰ ਨੂੰ ਮਿਲਣਾ ਇੱਕੋ ਗੱਲ ਹੈ, ਆਪਣੇ ਅੰਤਰ ਆਤਮਾ ਨੂੰ ਮਿਲਣਾ, ਹਰ ਨੂੰ ਮਿਲਣਾ ਇੱਕੋ ਗੱਲ ਹੈ। ਠੀਕ ਹੈ, ਸਤਿਗੁਰ ਨੂੰ ਮਿਲਣਾ, ਹਰ ਨੂੰ ਮਿਲਣਾ, ਅੰਤਰ ਆਤਮਾ, ਉਹ ਅੰਤਰ ਆਤਮਾ ਤੱਕ ਹੀ ਹੈ ਪੜਾਈ, ਜਿਹੜੇ ਉਹ ਹਰ ਦੀ ਗੱਲ ਕਰਦੇ ਨੇ ਮੂਰਤੀ ਪੂਜਾ ਵਾਲੇ। ਹਾਂਜੀ, ਠੀਕ ਹੈ ਜੀ, ਸਤਿਗੁਰ ਨੂੰ ਮਿਲੇ, ਦੋ ਪਦਾਰਥਾਂ ਤੱਕ ਦੀ ਪੜਾਈ ਹੈ। ਹਾਂਜੀ, ਹਰ ਨੂੰ ਮਿਲ ਗਏ, ਹਰ ਨੂੰ ਮਿਲ ਗਏ, ਸਤਿਗੁਰ ਨੂੰ ਮਿਲ ਗਏ, ਹਰ ਨੂੰ ਮਿਲ ਗਏ, ਇੱਕੋ ਗੱਲ। ਠੀਕ ਹੈ ਜੀ, ਨਾਹੀ ਕਿਸੈ ਪਰਤੈ, ਉਹ ਫਿਰ ਪਰਤਦਾ ਨਹੀਂ ਹੈ, ਤੁਸੀਂ ਉਹ ਫਿਰ ਕਾਹਦੇ ਆਊਗਾ, ਦੂਜਾ ਜਨਮ ਲਊਗਾ, ਉਹ ਮਾਇਆ ਚ ਪਰਤ ਕੇ ਨਹੀਂ ਫਿਰ ਆਉਂਦਾ। ਅੱਛਾ ਜੀ, ਜਿਹੜਾ ਸਤਿਗੁਰ ਨੂੰ ਮਿਲ ਗਿਆ ਹਿਰਦੇ ਜਾ ਕੇ, ਉਹਦੇ ਵਿੱਚ ਲੀਨ ਹੋ ਗਿਆ, ਫਿਰ ਨਹੀਂ ਪਰਤ ਕੇ ਆਉਂਦਾ ਉਹ ਵਾਪਸ। ਠੀਕ ਹੈ ਜੀ, ਜਿਵੇਂ ਅਸੀਂ ਸੰਸਾਰ ਕਹਿੰਦੇ ਵੀ ਜਿਹੜਾ ਮਰ ਗਿਆ ਨਹੀਂ ਆਉਂਦਾ, ਹਾਂਜੀ, ਉਹ ਮਰ ਗਿਆ ਤਾਂ ਗੁਰਬਾਣੀ ਮੰਨਦੀ ਹੈ, ਆਤਮਾ ਕਰਕੇ ਤਾਂ ਆਉਂਦਾ, ਸਰੀਰ ਨਹੀਂ ਉਹ ਆਉਂਦਾ ਹੈ, ਰੂਪ ਨਹੀਂ ਉਹ ਆਉਂਦਾ ਦੁਬਾਰਾ। ਠੀਕ ਹੈ,